ਪੰਜਾਬ ਸਰਕਾਰ ਦੇ ਵੱਲੋਂ ਸਪਤਾਹਿਕ ਲੋਕਡਾਊਨ ਦੇ ਚਲਦੇ ਆ ਜੈਤਵਾਰ ਦੇ ਦਿਨ ਜਿੱਥੇ ਸਾਰੇ ਬਾਜ਼ਾਰ ਬੰਦ ਨੇ ਉੱਥੇ ਸ਼ਰਾਬ ਦੇ ਠੇਕੇ ਖੁੱਲੇ ਹੋਏ ਨੇ ਸਾਰੇ ਬਾਜ਼ਾਰ ਬੰਦ ਹੋਣ ਦੇ ਚਲਦੇ ਆ ਮੈਡੀਕਲ ਸਟੋਰ ਵੀ ਬਿਲਕੁਲ ਬੰਦ ਨੇ ਮੈਡੀਕਲ ਸਟੋਰ ਬੰਦ ਹੋਣ ਕਰਕੇ ਮਰੀਜ਼ਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਜੀਰਾ ਦੇ ਬਾਜ਼ਾਰ ਵਿੱਚ ਸਵੇਰ ਤੋਂ ਦਵਾਈ ਲੈਣ ਦੇ ਲਈ ਧੱਕੇ ਖਾ ਰਹੀ ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਦਵਾਈਆਂ ਦੀਆਂ ਦੁਕਾਨਾਂ ਤਾਂ ਬੰਦ ਕਰਾ ਦਿੱਤੀਆਂ ਗਈਆਂ ਪਰ ਸ਼ਰਾਬ ਦੇ ਠੇਕੇ ਉਸੇ ਤਰ੍ਹਾਂ ਖੁੱਲੇ ਹੋਏ ਨੇ ਔਰਤ ਨੇ ਪੰਜਾਬ ਸਰਕਾਰ ਤੇ ਆਪਣੀ ਭੜਾਸ ਕਰਦਿਆਂ ਕਿਹਾ ਕਿ ਨਸ਼ੇੜੀਆਂ ਨੂੰ ਨਸ਼ਾ ਤਾਂ ਸ਼ਰਿਆਂ ਮਿਲ ਜਾਂਦਾ ਹੈ ਸ਼ਰਾਬੀਆਂ ਨੂੰ ਸ਼ਰਾਬ ਸ਼ਰਿਆਂ ਮਿਲ ਜਾਂਦੀ ਹੈ ਪਰ ਮਰੀਜ਼ਾਂ ਨੂੰ ਦਵਾਈ ਨਹੀਂ ਮਿਲ ਰਹੀ ਹੈ ਜਿਸ ਕਰਕੇ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਮੈਡੀਕਲ ਸਟੋਰ ਵੀ ਖੁਲਵਾਏ ਜਾਣੇ ਚਾਹੀਦੇ ਨੇ ਵੇ ਆਏ ਬਿਆਸ ਕੀ ਆ ਗੋਰ ਨਾ ਰਹਿ ਨਸ਼ੇ ਵੀ ਕਰੀ ਜਾਂਦੇ ਆ ਸਾਡੇ ਵਰਗੇ ਗਰੀਬ ਨੂੰ ਦਵਾਈ ਨਹੀਂ ਮਿਲਦੀ ਦੀ।